ਧੰਨਵਾਦ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਜ਼ਿਲ੍ਹੇ ਦੀ ਸਾਰੀ ਜਥੇਬੰਦੀ ਦੀ ਜਿਹੜੀ ਹੈ ਬਹੁਤ ਵੱਡੀ ਮੀਟਿੰਗ ਜਿਹੜੀ ਹੈ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਹੋਈ ਹੈ, ਜਿਸ ਦੇ ਵਿੱਚ ਜਿਹੜੀ ਹਰਿਆਣੇ ਦੀ ਵੱਖਰੀ ਕਮੇਟੀ ਨੂੰ ਇੱਕ ਸਾਜਿਸ਼ ਤਹਿਤ, ਜਿਸ ਸਾਜਿਸ਼ ਦੇ ਵਿੱਚ ਕੇਂਦਰ ਸਰਕਾਰ ਵੀ ਸ਼ਾਮਿਲ ਹੈ, ਜਿਸ ਸਾਜਿਸ਼ ਦੇ ਵਿੱਚ ਹਰਿਆਣੇ ਦੀ ਸਰਕਾਰ ਵੀ ਸ਼ਾਮਿਲ ਹੈ, ਔਰ ਅਫਸੋਸ ਦੀ ਗੱਲ ਹੈ ਕਿ ਜਿਸ ਸਾਜਿਸ਼ ਦੇ ਵਿੱਚ ਪੰਜਾਬ ਦੀ ਸਰਕਾਰ ਵੀ ਸ਼ਾਮਿਲ ਹੈ, ਇਹਨਾਂ ਸਾਰੀਆਂ ਸਰਕਾਰਾਂ ਦੀ ਬੁਰੀ ਭੁਗਤ ਦੇ ਨਾਲ ਜਿਹੜਾ ਬਹੁਤ ਵੱਡਾ ਧੋਖਾ ਸਿੱਖ ਪੰਥ ਨਾਲ ਹੋਇਆ, ਅੱਜ ਸਾਰੀ ਸਾਡੀ ਜ਼ਿਲ੍ਹਾ ਜਥੇਬੰਦੀ ਨੇ ਉਸ ਗੱਲ ਦੀ ਸਖ਼ਤ ਲਫ਼ਜ਼ਾਂ ਦੇ ਵਿੱਚ ਨਿਖੇਧੀ ਕੀਤੀ, ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਇੱਕ ਬਹੁਤ ਵੱਡੀ ਸਾਜਿਸ਼ ਹੈ। ਅੱਜ ਤੋਂ ਨਹੀਂ, ਦਹਾਕਿਆਂ ਤੋਂ ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਕਿ ਸਿੱਖ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਨ ਵਾਸਤੇ ਕਿਸੇ ਨਾ ਕਿਸੇ ਤਰੀਕੇ, ਟੇਢੇ ਤਰੀਕੇ ਜਿਹੜਾ ਉਹ ਸੰਸਥਾਵਾਂ ਦੇ ਉੱਤੇ ਕੰਟਰੋਲ ਕਰਕੇ, ਜਿਹੜੀ ਰਹਿਤ ਮਰਿਆਦਾ, ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ, ਸਾਡਾ ਇਤਿਹਾਸ ਹੈ, ਉਹਨੂੰ ਕਿਸੇ ਤਰੀਕੇ ਪ੍ਰਭਾਵਿਤ ਕੀਤਾ ਜਾ ਸਕੇ। ਪਹਿਲਾਂ ਕਈ ਤਰ੍ਹਾਂ ਦੇ ਬੋਰਡ ਬਣ ਕੇ, ਕਮੇਟੀਆਂ ਬਣ ਕੇ ਸਰਕਾਰਾਂ ਦੀ ਸ਼ਹਿ ਦੇ ਉੱਤੇ ਇਲੈਕਸ਼ਨਾਂ ਵੀ ਲੜਦੇ ਰਹੇ ਆ, ਲੇਕਿਨ 102 ਸਾਲ ਦੇ ਇਤਿਹਾਸ ਦੇ ਵਿੱਚ ਸੰਗਤ ਨੇ ਹਮੇਸ਼ਾ ਜਿਹੜੀ ਆ ਉਹ ਸੇਵਾ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਪਾਈ। ਲੇਕਿਨ ਜਿਹੜੀ ਗੱਲ ਕੋਈ ਸੋਚ ਵੀ ਨਹੀਂ ਸਕਦਾ ਸੀ, ਅੱਜ ਆਜ਼ਾਦੀ ਦੇ 75 ਸਾਲ ਬਾਅਦ ਜੋ ਵੱਡਾ ਹਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕੀਤਾ ਗਿਆ, ਇਹਨੂੰ ਲੈ ਕੇ ਸਾਰੀ ਸਿੱਖ ਸੰਗਤ ਦੇ ਵਿੱਚ ਬਹੁਤ ਵੱਡਾ ਰੋਸ ਹੈ। ਇੱਕ ਤਾਂ ਮੈਂ ਕੇਂਦਰ ਦੇ ਗ੍ਰਹਿ ਮੰਤਰੀ ਜੀ ਨੂੰ ਵੀ ਬੇਨਤੀ ਕਰਦਾ, ਕਿਉਂਕਿ ਇਹ ਜਿਹੜਾ ਐਕਟ ਹੈ ਇਹਦਾ ਕੰਟਰੋਲ ਇਸ ਵੇਲੇ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਕੋਲ, ਇਸ ਕਰਕੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਇਮੀਡੀਏਟ ਰਿਵੀਜ਼ਨ ਜਿਹੜੀ ਆ ਉਹ ਅਦਾਲਤ ਵਿੱਚ ਪਾਉਣ ਅਤੇ ਚੰਗੀ ਤਰ੍ਹਾਂ ਪੈਰਵਾਈ ਕਰਕੇ ਜਿਹੜੀ ਆ ਉਹ ਇਮੀਡੀਏਟਲੀ ਰਿਵਿਊ ਪਟੀਸ਼ਨ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨਸਾਫ ਲੈ ਕੇ, ਕਿਉਂਕਿ ਜਿਹੜਾ ਐਕਟ ਹੈ ਇਹਨੂੰ ਇਸ ਵੇਲੇ ਲਾਗੂ ਜਿਹੜੀ ਹੈ ਦੇਸ਼ ਦੀ ਪਾਰਲੀਮੈਂਟ ਕਰ ਰਹੀ ਹੈ, ਇੰਟਰਸਟੇਟ ਬਾਡੀ ਕਾਰਪੋਰੇਟ ਹੈ, ਹਰਿਆਣੇ ਦਾ ਕੋਈ ਹੱਕ ਹੀ ਨਹੀਂ ਕਿ ਉਹ ਇਹਦੇ ਉੱਤੇ ਉਹਦੀ ਵਿਧਾਨ ਸਭਾ ਕੋਈ ਕਾਨੂੰਨ ਬਣਾਵੇ, ਪਰ ਕਿਤੇ ਨਾ ਕਿਤੇ ਢਿੱਲ ਰਹੀ ਹੈ ਕੇਂਦਰ ਸਰਕਾਰ ਵੱਲੋਂ ਵੀ, ਨਹੀਂ ਤਾਂ ਆਪਣਾ ਉਹਦਾ ਕਾਨੂੰਨ ਉਹਨੂੰ ਉਹ ਅਦਾਲਤ ਦੇ ਵਿੱਚ ਬਚਾ ਨਹੀਂ ਸਕੇ। ਇਹ ਕਿਵੇਂ ਹੋਇਆ, ਇਹ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਇਹਦੇ 'ਤੇ ਨਜ਼ਰਸਾਨੀ ਕਰਨੀ ਚਾਹੀਦੀ। ਔਰ ਦੂਜੀ ਗੱਲ ਹੈ ਕਿ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਬੇਨਤੀ ਕਰਦਾ ਕਿ ਭਾਵੇਂ ਆਰਡੀਨੈਂਸ ਲਿਆ ਕੇ, ਭਾਵੇਂ ਨਵਾਂ ਕਾਨੂੰਨ ਲਿਆ ਕੇ, ਤੁਰੰਤ ਇਹ ਜਿਹੜਾ ਇਨਜਸਟਿਸ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ, ਇਹਨੂੰ ਅਨਡੂ ਕਰਨਾ ਚਾਹੀਦਾ, ਕਿਉਂਕਿ ਜੇ ਕੋਈ ਹੋਰ ਕਾਨੂੰਨ ਹੁੰਦਾ, ਕਿਸੇ ਬਹੁਗਿਣਤੀ ਨਾਲ ਕੋਈ ਜੁੜਿਆ ਫੈਸਲਾ ਹੁੰਦਾ ਤਾਂ ਸ਼ਾਇਦ ਉਸੇ ਦਿਨ ਹੀ ਪਾਰਲੀਮੈਂਟ ਬੈਠ ਕੇ ਤੈਨੂੰ ਠੀਕ ਕਰ ਦੇਣ ਕਿ ਨਹੀਂ ਹੋਣਾ, ਅੱਗੇ ਕਈ ਵਾਰੀ ਹੋਇਆ ਵੀ ਹੈ, ਪਰ ਇਹ ਘੱਟ ਗਿਣਤੀ ਨਾਲ ਸੰਬੰਧਿਤ ਹੈ, ਇਸ ਕਰਕੇ ਇਹਦੇ ਨਾਲ ਇਸ ਤਰ੍ਹਾਂ ਦਾ ਵਰਤਾਅ ਨਹੀਂ ਹੋਣਾ ਚਾਹੀਦਾ। ਇਸ ਲਈ ਮੈਂ ਉਮੀਦ ਕਰਦਾ ਕਿ ਕੇਂਦਰ ਦੀ ਸਰਕਾਰ ਇਸ ਰੋਸ ਤੋਂ ਜਾਗੇਗੀ, ਔਰ ਜੋ ਕੁਛ ਵੀ ਇਸ ਵੇਲੇ ਹਰਿਆਣੇ ਦੇ ਵਿੱਚ ਕੋਸ਼ਿਸ਼ਾਂ ਹੋ ਰਹੀਆਂ ਕਬਜ਼ੇ ਕਰਨ ਦੀਆਂ ਗੁਰਧਾਮਾਂ 'ਤੇ, ਇਹਨਾਂ ਨੂੰ ਰੋਕਣੀ ਚਾਹੀਦੀ। ਜਿਹੜੀ ਆਪੋ 'ਚ ਸਿੱਖ ਭਰਾਵਾਂ ਨੂੰ ਲੜਾਉਣ ਦੀ ਕੁਝ ਹੀ ਸਾਜਿਸ਼ ਰਚੀ ਰਹੀ ਹੈ ਇਹ ਬੰਦ ਹੋਣੀ ਚਾਹੀਦੀ। ਹਰਿਆਣੇ ਦੀ ਸੰਗਤ ਨਹੀਂ ਚਾਹੁੰਦੀ ਕਿ ਜਿਹੜੇ ਆ ਵੱਡੇ ਗੁਰਧਾਮਾਂ ਤੋਂ ਉਹਨਾਂ ਨੂੰ ਵਾਕ ਕੀਤਾ ਜਾਵੇ, ਵੱਡੇ ਗੁਰਧਾਮਾਂ ਦੇ ਪ੍ਰਬੰਧ ਤੋਂ ਉਹਨਾਂ ਨੂੰ ਵਾਕ ਕੀਤਾ ਜਾਵੇ। ਮੈਂਬਰ ਹਰਿਆਣਾ ਕਮੇਟੀ ਦੇ ਚੁਣੇ ਹੋਏ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਨਾਲ ਖੜੇ ਆ, ਇਸ ਕਰਕੇ ਕੋਈ ਵੀ ਅਨਕੋਸਟੀਟਿਊਸ਼ਨਲ ਫੈਸਲਾ ਜਿਹੜਾ ਇਸ ਤਰ੍ਹਾਂ ਲਾਗੂ ਨਹੀਂ ਹੋਣਾ ਚਾਹੀਦਾ, ਇਹਦੇ ਨਾਲ ਸਿੱਖ ਕੌਮ ਦੇ ਵਿੱਚ ਜਿਹੜਾ ਹੋਰ ਵੀ ਬਹੁਤ ਵੱਡਾ ਰੋਸ ਜਿਹੜਾ ਉਹ ਫੈਲੇ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਸ਼ੀ ਟੀਵੀ।